ਬੀਤੇ ਦਿਨੀ ਅੰਮ੍ਰਿਤਸਰ ਤੋਂ ਸਾਹਮਣੇ ਆਏ ਇੱਕ ਮਾਮਲੇ ਨੇ ਸਭ ਦੇ ਹੋਸ਼ ਉਡਾ ਕੇ ਰੱਖੇ ਹੋਏ ਨੇ, ਜਿੱਥੇ ਰਹਿਣ ਵਾਲੀਆਂ ਦੋ ਸਹੇਲੀਆਂ ਨੂੰ ਆਪਸ 'ਚ ਪਿਆਰ ਹੋ ਗਿਆ ਕਿ ਉਹਨਾਂ 'ਚੋਂ ਇੱਕ ਲੜਕੀ ਸੰਦੀਪ ਕੌਰ ਨੇ ਤਾਂ ਅਮਨ ਨਾਂ ਦੀ ਕੁੜੀ ਨਾਲ ਵਿਆਹ ਕਰਾਉਣ ਪਿੱਛੇ ਆਪਣੀ ਜਾਨ ਤੱਕ ਦੀ ਪਰਵਾਹ ਨਹੀਂ ਕੀਤੀ ਤੇ ਕੋਠੇ 'ਤੇ ਚੜ੍ਹ ਕੇ ਛਾਲ ਮਾਰ ਦਿੱਤੀ ਤੇ ਆਪਣੀ ਬਾਂਹ ਵੀ ਤੁੜਵਾ ਲਈ। ਮਾਮਲਾ ਪੁਲਿਸ ਤੱਕ ਵੀ ਪਹੁੰਚ ਗਿਆ ਤੇ ਆਪਣੇ ਪਰਿਵਾਰਾਂ ਦਾ ਲਗਾਤਾਰ ਵਿਰੋਧ ਚੱਲਣ ਦੇ ਬਾਅਦ ਵੀ ਸੰਦੀਪ ਕੌਰ ਨਾਂ ਦੀ ਇਹ ਲੜਕੀ ਆਪਣੀ ਗੱਲ ਤੇ ਅੜੀ ਹੋਈ ਹੈ, ਜਦਕਿ ਉਸਦੀ ਸਹੇਲੀ ਅਮਨ ਦਾ ਕਹਿਣਾ ਹੈ ਕਿ ਉਸਨੇ ਹਮੇਸ਼ਾ ਤੋਂ ਹੀ ਸੰਦੀਪ ਨੂੰ ਸਭ ਤੋਂ ਦੂਰ ਰਹਿਣ ਲਈ ਕਿਹਾ ਹੈ ਤੇ ਵਿਆਹ ਦਾ ਉਸਨੇ ਕਦੇ ਸੋਚਿਆ ਵੀ ਨਹੀਂ, ਉਹ ਸਿਰਫ ਉਸਦੀ ਇੱਕ ਦੋਸਤ ਹੈ। ਇਹ ਤੁਸੀਂ ਵੀ ਸੁਣ ਲਓ। ਕੁਛ ਨਹੀਂ ਹੈਗਾ, ਇਹ ਮੇਰੀ ਫਰੈਂਡ ਹੈਗੀ ਆ, ਅਸੀਂ ਦੋਵੇਂ ਸੈਂਟਰ ਤੋਂ ਇਕੱਠੀਆਂ ਸਿੱਖਦੀਆਂ ਸੀ ਸੈਂਟਰ, ਉਸ ਤੋਂ ਬਾਅਦ ਅਸੀਂ ਬਸ ਫਰੈਂਡ ਹੀ ਰਹੇ ਆ, ਮੁੜ ਕੇ ਸੈਂਟਰ ਸਾਡਾ ਖਤਮ ਹੋ ਗਿਆ, ਮੁੜ ਕੇ ਅਕਾਊਂਟ ਸਿੱਖਿਆ, ਅਕਾਊਂਟ ਵੀ ਅਸੀਂ ਇਕੱਠਿਆਂ ਸਾਰਿਆਂ ਨੇ ਇਕੱਠਿਆਂ ਸਿੱਖਿਆ, ਜਿੰਨੇ ਸੈਂਟਰ ਜਾਂਦੇ ਸੀ ਉੱਥੇ ਅਪਲਾਈ ਕਰਦੇ ਸਾਰਿਆਂ ਨੇ ਇਕੱਠਿਆਂ ਨੇ ਸਿੱਖਿਆ। ਉਸ ਤੋਂ ਬਾਅਦ ਫਿਰ ਅਸੀਂ ਅਲੱਗ ਅਲੱਗ ਹੋ ਗਏ, ਮੈਂ ਜੋਬ ਤੇ ਫਿਰ ਕਰਨ ਲੱਗ ਪਈ ਪਾਰਲਰ ਦਾ, ਫਿਰ ਜੋਬ ਤੇ ਫਿਰ ਇੱਥੇ ਸਾਹਮਣੇ ਰਹਿੰਦੀ ਹੁੰਦੀ ਸੀ, ਸਾਡੇ ਆਉਂਦੀ ਜਾਂਦੀ ਸੀ, ਸਾਡੇ ਘਰ ਵੀ ਆਉਂਦੀ ਜਾਂਦੀ ਸੀ, ਤੇ ਫਰੈਂਡ ਹੀ ਹੈਗੀ ਆ ਇੱਕ, ਉਹ ਨਹੀਂ ਉਹ ਹਮੇਸ਼ਾ ਕਹਿੰਦੀ ਸੀ ਮੈਂ ਵਿਆਹ ਕਰਾਉਣਾ, ਮੈਂ ਉਹਨੂੰ ਕਿੰਨੀ ਵਾਰ ਸਮਝਾਇਆ ਸੰਦੀਪ ਵਿਆਹ ਕੁੜੀਆਂ ਕੁੜੀਆਂ ਦਾ ਵਿਆਹ ਨਹੀਂ ਹੁੰਦਾ, ਮੈਂ ਉਹਨੂੰ ਕਿੰਨੀ ਵਾਰੀ ਕਿਹਾ ਸੀ, ਪਰ ਮੈਂ ਵਿਆਹ ਨਹੀਂ ਕਰਾਉਣਾ ਹੈਗਾ। ਉੱਥੇ ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਕਿ ਸੰਦੀਪ ਕੌਰ ਅਜੇ ਵੀ ਆਪਣੀ ਗੱਲ ਤੇ ਅੜੀ ਹੋਈ ਹੈ ਤੇ ਸੰਦੀਪ ਤੇ ਉਸਦੀ ਮਾਤਾ ਦਾ ਇਸ ਬਾਰੇ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਸਿੱਧਾ ਜੋ ਮਰਜ਼ੀ ਕਰੋ, ਪਰ ਮੈਨੂੰ ਅਮਨ ਚਾਹੀਦੀ ਆ, ਅਮਨ ਨਾਲ ਮਿਲਾ ਦੋ ਬਸ, ਮੈਨੂੰ ਕੁਛ ਹੋਰ ਨਹੀਂ ਚਾਹੀਦਾ। ਮੈਂ ਕਿਹਾ ਮੈਂ ਅਮਨ ਨੂੰ ਵਿਆਹ ਕੇ ਇਸ ਘਰ ਚ ਲੈ ਕੇ ਆਉਣਾ ਹੈ, ਜੇ ਤੁਸੀਂ ਮੇਰੇ ਨਾਲ ਹੀ ਰਹਿਣਾ ਹੈ ਤੇ, ਕਹਿੰਦੇ ਨਾ ਇਹ ਕੰਮ ਅਸੀਂ ਕਰਨ ਨਹੀਂ ਦੇਣਾ, ਤੇ ਮੈਂ ਕਿਹਾ ਫਿਰ ਮੈਨੂੰ ਜਾਣ ਦੋ, ਅਸੀਂ ਜਿੱਥੇ ਮਰਜ਼ੀ ਰਹੀਏ, ਜਿੱਥੇ ਅਨੁਮਤੀ ਹੈਗੀ ਅਸੀਂ ਉੱਥੇ ਰਹਿ ਲਾਂਗੇ, ਪਰ ਨਹੀਂ ਜਾਣ ਵੀ ਨਹੀਂ ਦਿੰਦੇ ਮੈਨੂੰ, ਬਾਰ ਬਾਰ ਮਜਬੂਰ ਕਰਦੇ ਭੱਜਣ ਤੇ, ਤੇ ਭੱਜਣ ਨਾਲ ਮੇਰੀ ਆਹ ਹਾਲਤ ਹੋਈ ਹੈ। ਮੇਰਾ ਉਹਨਾਂ ਨਾਲ ਵਿਆਹ ਕਰਾ ਦੋ, ਮੈਂ ਉਹਦੇ ਨਾਲ ਰਹਿ, ਜਾਇਜ਼ ਨੀ ਮੈਨੂੰ ਨੀ ਭਾਜੀ ਜਾਇਜ਼ ਲੱਗਦਾ, ਇਹੋ ਜਾਣਦੀ ਪਾਛੋ ਵਿੱਚ ਜਿਹੜੀ ਬਣੀ ਆ ਦੀਦੀ ਵਿਚੋਲੀ, ਇਹੋ ਜਾਣਦੀ ਆ ਕੀ ਕਹਾਣੀ ਇਹਨਾਂ ਦੀ ਦੋਵਾਂ ਦੀ। ਸਾਨੂੰ ਤੇ ਉਦੋਂ ਨੀ ਪਤਾ ਲੱਗਾ ਜਿੱਦਣ ਇਹਨਾਂ ਨੇ ਆ ਛਾਲ ਮਾਰ ਕੇ ਬਾਂਹ ਤੜਾ ਲਈ ਆ ਵੀ ਮੈਂ ਵਿਆਹ ਹੀ ਅਮਨ ਨਾ ਕਰਾਉਣਾ। ਇਹਦੀ ਸਹੇਲੀ ਇਹ ਤਿੰਨੇ ਇਕੱਠੀਆਂ ਰਹਿੰਦੀਆਂ ਹੈਗੀਆਂ ਤੇ ਇਹ ਤਿੰਨਾਂ ਦੀਆਂ ਵਿੱਚ ਇਹਨੇ ਵਿਚੋਲੀ ਬਣ ਕੇ ਤੇ ਦੋਵਾਂ ਦੀਆਂ ਕੁੰਡਲੀਆਂ ਮੇਲੀਆਂ ਆ। ਇਹੋ ਤੇ ਅਸੀਂ ਸੋਚਦੇ ਆ ਕਿ ਇਹਨਾਂ ਦੀ ਜ਼ਿੰਦਗੀ ਕਿੱਦਾਂ ਲੰਘੂਗੀ, ਵੀ ਇਹ ਜ਼ਿੰਦਗੀ ਖਰਾਬ ਆ, ਕੀ ਪਤਾ ਜਿਹੜੀ ਵਿੱਚ ਵਿਚੋਲੀ ਪਈ ਆ ਇਹਨੇ ਇਹਨਾਂ ਦੇ ਦੋਵਾਂ ਦੇ ਵਿਆਹ ਕਰਾ ਕੇ ਇਹਨਾਂ ਨੂੰ ਕਿਤੇ ਖੜ ਕੇ ਵੇਚਣਾ ਨਹੀਂ ਆ, ਕੀ ਕਰਨਾ ਇਹਨਾਂ ਨਾਲ, ਕੋਈ ਇਹਨਾਂ ਨਾਲ ਮਾੜਾ ਧੰਦਾ ਨਹੀਂ ਕਰਾਉਣਾ। ਉਥੇ ਦੂਜੇ ਪਾਸੇ ਮਾਮਲਾ ਵਧਣ ਤੇ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੀ ਦੱਸਦੀ ਆ ਕਿ ਮੈਂ ਆਪਣੇ ਮੇਰੀ ਏਜ ਜਿਹੜੀ ਆ 22-23 ਸਾਲ ਹੈਗੀ ਆ, ਮੈਂ ਆਪਣੀ ਮਰਜ਼ੀ ਦੇ ਨਾਲ ਲੜਕੀ ਅਮਨ ਆ ਉਹਦੇ ਨਾਲ ਮੈਰਿਜ ਕਰਨਾ ਚਾਹੁੰਦੀ, ਇਸ ਕਰਕੇ ਮੈਂ ਆਪਣੇ ਮਾਂ ਪਿਓ ਤੋਂ ਸ਼ਹੀਦਾਂ ਸਾਹਿਬ ਤੋਂ ਅਲੱਗ ਹੋਈ। ਅਸੀਂ ਵੇਖੋ ਜੀ ਇਹਨਾਂ ਦੇ ਬਿਆਨ ਲਿਖਦੇ ਆ ਤੇ ਸੀਨੀਅਰ ਅਫਸਰਾਂ ਦੀ ਨੌਲੇਜ ਲੈ ਆਵਾਂਗੇ, ਜੋ ਕਾਰਵਾਈ ਬਣਦੀ ਕਰ ਦਾਂਗੇ। ਕਾਬਲੇ ਗੌਰ ਹੈ ਕਿ ਅੰਮ੍ਰਿਤਸਰ 'ਚ 12 ਸਾਲ ਪਹਿਲਾਂ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ, ਜਦੋਂ ਦੋ ਸਹੇਲੀਆਂ ਨੇ ਘਰੋਂ ਭੱਜ ਕੇ ਆਪਸ 'ਚ ਵਿਆਹ ਕਰਵਾ ਲਿਆ ਸੀ ਤੇ ਬਾਅਦ 'ਚ ਉਹਨਾਂ ਨੂੰ ਅਲੱਗ ਹੋਣਾ ਪਿਆ ਸੀ ਕਿਉਂਕਿ ਉਸ ਸਮੇਂ ਕਾਨੂੰਨ ਇਸ ਦੀ ਇਜਾਜ਼ਤ ਨਹੀਂ ਸੀ ਦਿੰਦਾ।
ਪਰ ਹੁਣ ਸੁਪਰੀਮ ਕੋਰਟ ਸਮਲਿੰਗੀ ਰਿਲੇਸ਼ਨ ਨੂੰ ਅਪਰਾਧ ਦੀ ਸ਼੍ਰੇਣੀ ਚੋਂ ਹਟਾਉਣ ਦਾ ਆਦੇਸ਼ ਜਾਰੀ ਕਰ ਚੁੱਕਿਆ ਹੈ। ਖੈਰ ਹੁਣ ਇਸ ਮਾਮਲੇ ਤੇ ਅੱਗੇ ਕੀ ਹੁੰਦਾ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ, ਟੈਲੀਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, US, UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਓਰ ਕਰੋ। ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ।